ਇੱਥੇ ਕੱਲ੍ਹ ਗਿੱਟਾ ਟੁੱਟਿਆ ਇੱਕ ਦਾ, ਠੀਕ ਹੈ ਜੀ। ਇੱਧਰ ਮੋੜ 'ਤੇ ਨਾਈ ਆ, ਉਹਦਾ ਵੀ ਸ਼ੀਸ਼ਾ ਟੁੱਟਿਆ ਵਿਚਾਰੇ, ਉਹਨੇ ਕੱਲ੍ਹ 10 ਹਜ਼ਾਰ ਦਾ ਪਾਇਆ, ਅੰਨ ਦੇ ਸ਼ੀਸ਼ਾ ਟੁੱਟ ਗਿਆ ਜੀ। ਉਹਨਾਂ ਕਰਕੇ ਪਹਿਲਾਂ ਹੀ ਨਹੀਂ ਕੰਮ ਹੈਗਾ, ਪਹਿਲਾਂ ਹੀ ਵਿਹਲੇ ਬੈਠੇ ਹਾਂ ਅਸੀਂ ਤਾਂ ਜੀ। ਤੁਸੀਂ ਇੰਨੇ ਪੈਸੇ ਕਿੱਥੋਂ ਲੈ ਕੇ ਜੀ, ਚੋਰੀ ਕਰਦੇ ਡਾਕੇ ਮਾਰੀ ਕੀ ਕਰੀਏ ਦੱਸੋ। ਆਹ ਮਾੜਖਾਨੇ ਸੜਕ ਦੇਖ ਲਓ, ਉੱਥੇ ਤਾਂ ਮੁੜਦੇ ਵੀ ਕਈ ਵਾਰ ਗਿਰੇ ਦੇਖੇ ਨੇ ਜੀ, ਵਿਚਾਰੇ ਲਿਆਂਦੇ ਹੀ ਗਿਰ ਜਾਂਦੇ ਨੇ, ਦੱਸੋ ਕੀ ਕਰੀਏ। ਨਗਰ ਕੌਂਸਲ ਤਾਂ ਬਥੇਰੀ ਵਾਰ ਉੱਥੇ ਜਾ ਕੇ ਕਿਹਾ, ਸਾਰੀ ਮਾਰਕੀਟ ਵਿੱਚ ਆ ਆਈ ਆ, ਪਰ ਕੋਈ ਹੱਲ ਹੋ ਹੀ ਨਹੀਂ ਰਿਹਾ ਹੈਗਾ ਸੜਕ ਦਾ ਜੀ। ਅਤੇ ਗੱਡੀ ਲੰਘੀ ਆ ਸਾਡੇ ਕੋਲੋਂ, ਰੋੜਾ ਲੱਗ ਕੇ ਸਿੱਧਾ ਵੱਜਿਆ ਸ਼ੀਸ਼ੇ 'ਤੇ, ਅਤੇ ਇਹਦੇ ਵੱਜਿਆ ਪੈਰ 'ਤੇ, ਵੱਜਿਆ ਮੇਰਾ ਫਰੈਂਡ ਆ ਨਾਲ, ਇਹਦੇ ਪੈਰ 'ਤੇ ਵੱਜਿਆ, ਇਹਦੇ ਉੱਥੋਂ ਵੀ ਸੱਟ ਸੁੱਟ ਲੱਗੀ ਹੈ, ਬਲੀਡਿੰਗ ਵਗੈਰਾ 'ਤੇ ਹੋਣ ਲੱਗੀ ਹੈ, ਅਤੇ ਸਾਰਾ ਸ਼ੀਸ਼ਾ ਟੁੱਟ ਗਿਆ ਜੀ। 4500-8000 ਦਾ ਐਵੇਂ ਸ਼ੀਸ਼ਾ ਹੈ। ਮੇਨ ਮੁੱਦਾ ਇਹੀ ਹੈ ਕਿ ਸੜਕ ਨਹੀਂ ਬਣ ਰਹੀ, ਅਤੇ ਆਪਣੀ ਪ੍ਰਮੋਸ਼ਨ ਵਾਸਤੇ ਉਹ ਗੇਟ ਲਵਾਏ ਜਾ ਰਹੇ ਨੇ ਕਿ ਅਸੀਂ ਅੱਗ ਕੁਛ ਕੀਤਾ। 2022 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ 4 ਲੱਖ ਦਾਅਵੇ ਕਰੇ ਕਿ ਵਿਕਾਸ ਦੇ ਨਾਂ 'ਤੇ ਵੋਟਾਂ ਮੰਗੀਆਂ ਜਾਣਗੀਆਂ, ਪਰ ਪੰਜਾਬ ਦੇ ਲੋਕ ਟੁੱਟੀਆਂ ਹੋਈਆਂ ਸੜਕਾਂ ਦੇ ਬਾਅਦ ਇੰਤਜ਼ਾਮੀ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਗੱਲ ਰਿਆਸਤੀ ਸ਼ਹਿਰ ਨਾਭਾ ਦੀ ਕਰ ਰਹੇ ਹਾਂ। ਰਿਆਸਤੀ ਸ਼ਹਿਰ ਨਾਭਾ ਦੇ ਇਤਿਹਾਸਕ ਗੁਰਦੁਆਰਾ ਘੋੜਿਆਂ ਵਾਲੀ ਸੜਕ ਤੋਂ ਸੰਗਤਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਗੁਰਦੁਆਰਾ ਸਾਹਿਬ ਦੇ ਬਾਹਰ ਬਣਨ ਵਾਲੀ ਸੜਕ ਪਿਛਲੇ ਲੰਬੇ ਸਮੇਂ ਤੋਂ ਅਧੂਰੀ ਪਈ ਹੈ। ਭਾਵੇਂ ਕਿ ਕਾਂਗਰਸ ਨੇ ਨਗਰ ਕੌਂਸਲ ਨੇ ਚੋਣਾਂ ਤੋਂ ਪਹਿਲਾਂ ਮਿੱਟੀ ਅਤੇ ਰੋੜੇ ਪਵਾ ਦਿੱਤੇ ਸੀ, ਪਰੰਤੂ ਅੱਜ ਤੱਕ ਸੜਕ ਨਹੀਂ ਬਣੀ। ਲੋਕ ਹੁਣ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੇ ਨੇ ਕਿ ਸ਼ਹਿਰ ਦੀਆਂ ਦੂਰੀਆਂ ਪਈਆਂ ਸੜਕਾਂ ਅਤੇ ਸੀਵਰੇਜ ਦਾ ਇੰਤਜ਼ਾਮ ਪਹਿਲਾਂ ਕਰਨਾ ਚਾਹੀਦਾ ਹੈ ਜਾਂ ਨਾਭਾ ਵਿਖੇ ਬਣ ਰਹੇ ਰਿਆਸਤੀ ਗੇਟਾਂ ਦਾ। ਅਲੌਰਾ ਗੇਟ ਨਿਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਸੜਕ ਕਰਕੇ ਕਾਫੀ ਨੁਕਸਾਨ ਹੋ ਰਿਹਾ। ਜਿੱਥੇ ਦੁਕਾਨਦਾਰੀ 'ਤੇ ਮਾੜਾ ਪ੍ਰਭਾਵ ਪੈ ਰਿਹਾ, ਉੱਥੇ ਹੀ ਸੜਕ 'ਤੇ ਪਏ ਰੋੜਿਆਂ ਦੇ ਨਾਲ ਵੀ ਕਈ ਲੋਕ ਜ਼ਖਮੀ ਹੋ ਚੁੱਕੇ ਨੇ। ਉਹਨਾਂ ਮੰਗ ਕੀਤੀ ਕਿ ਤੁਰੰਤ ਇਸ ਸੜਕ ਨੂੰ ਬਣਾਇਆ ਜਾਵੇ। ਇਸ ਸੰਬੰਧੀ ਸਥਾਨਕ ਨਿਵਾਸੀਆਂ ਅਤੇ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਨਾ ਬਣਨ ਦੇ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਹੈ। ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਇਸ ਸੜਕ ਅਧੂਰੀ ਹੋਣ ਦੇ ਕਰਕੇ ਉਹਨਾਂ ਦੀ ਦੁਕਾਨਦਾਰੀ 'ਤੇ ਕਾਫੀ ਮਾੜਾ ਪ੍ਰਭਾਵ ਪੈ ਰਿਹਾ, ਦੂਜਾ ਰੋੜੇ ਤਿਰਕ ਕੇ ਉਹਨਾਂ ਦੇ ਦੁਕਾਨਾਂ 'ਤੇ ਆ ਗਿਰਦੇ ਨੇ, ਜਿਸ ਕਾਰਨ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਜਾਂਦੇ ਨੇ। ਆਮ ਆਦਮੀ ਪਾਰਟੀ ਦੇ ਆਗੂ ਜਸਟਿਸ ਸੋਹੀਆਂ ਵਾਲਾ ਨੇ ਕਿਹਾ ਕਿ 2022 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ 4 ਲੱਖ ਦਾਅਵੇ ਕਰੇ ਕਿ ਵਿਕਾਸ ਦੇ ਨਾਂ 'ਤੇ ਵੋਟਾਂ ਮੰਗੀਆਂ ਜਾਣਗੀਆਂ, ਪਰ ਪੰਜਾਬ ਦੇ ਲੋਕ ਟੁੱਟੀਆਂ ਹੋਈਆਂ ਸੜਕਾਂ ਦੇ ਬਾਅਦ ਇੰਤਜ਼ਾਮੀ ਤੋਂ ਕਾਫੀ ਪਰੇਸ਼ਾਨ ਨੇ। ਬਹੁਤ ਵਾਰ, ਇੱਕ ਵਾਰ ਨਹੀਂ ਜੀ, ਇੱਥੋਂ ਦੇ ਦੁਕਾਨਦਾਰ ਵੀਰ ਵੀ ਇਕੱਠੇ ਹੋ ਕੇ ਮੰਤਰੀ ਦੀ ਕੋਠੀ ਵੀ ਆਪਣੇ ਤਰਲੇ ਕਰਕੇ ਆਏ ਨੇ, ਅਤੇ ਇੱਥੋਂ ਦਾ ਜਿਹੜਾ ਨਗਰ ਕੌਂਸਲ ਪ੍ਰਧਾਨ ਆ ਉਹਦੇ ਕੋਲ ਵੀ ਤਰਲੇ ਕਰ ਚੁੱਕੇ ਨੇ। ਨਗਰ ਕੌਂਸਲ ਦੇ ਵਿੱਚ ਵੀ ਪਤਾ ਨਹੀਂ ਕਿੰਨੀ ਕੁ ਵਾਰ ਇੱਥੋਂ ਦੇ ਦੁਕਾਨਦਾਰ ਵੀਰ ਐਪਲੀਕੇਸ਼ਨਾਂ ਦੇ ਚੁੱਕੇ ਨੇ, ਅਤੇ ਉਹਨਾਂ ਤੋਂ ਇਲਾਵਾ ਅਸੀਂ ਆਪਣੇ ਵੱਲੋਂ ਵੀ ਇੱਥੇ ਧਰਨੇ ਮੁਜ਼ਾਹਰੇ ਕੀਤੇ ਨੇ, ਅਤੇ ਇੱਥੋਂ ਦੇ ਤਹਿਸੀਲਦਾਰ ਰਾਜ ਸਾਹਿਬ ਨੂੰ ਜਿਹੜਾ ਮੰਗ ਪੱਤਰ ਵੀ ਦਿੱਤਾ, ਕਿਸੇ ਦਾ ਕੋਈ ਅਸਰ ਨਹੀਂ ਹੋਇਆ। ਇਹ ਕਹਿੰਦੇ ਜੀ ਲੋਕ ਤਾਂ ਮੂਰਖ ਨੇ, ਲੋਕਾਂ ਨੂੰ ਮੂਰਖ ਸਮਝ ਰਹੇ ਨੇ, ਪਰ ਲੋਕ ਅੱਜ ਜਾਗਰੂਕ ਹੋ ਗਏ ਨੇ, ਸਾਡੇ ਦੁਕਾਨਦਾਰ ਵੀਰ ਜਾਗਰੂਕ ਨੇ, ਅਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਸੜਕਾਂ ਬਣਨੀ ਚਾਹੀਦੀ ਆ, ਜਿਹੜੀ ਇੱਥੋਂ ਗ੍ਰਿੱਡ ਚੌਂਕ ਨੂੰ ਜਾਂਦੀ ਆ ਉਹ ਰੋਡ ਤੁਸੀਂ ਦੇਖ ਲਓ ਕਿੱਡੇ ਕਿੱਡਾ ਬੁਰਾ ਹਾਲ ਹੋਇਆ ਪਿਆ ਜੀ, ਪਾਣੀ ਉੱਥੇ ਖੜ੍ਹਦਾ, ਗੋਡੇ ਗੋਡੇ ਟੋਏ ਪਏ ਨੇ, ਅਤੇ ਲਾਹੌਰਾਂ ਗੇਟ ਤੋਂ ਮੜਖਾਨਾ ਰੋਡ ਜਾਂਦੀ ਆ ਉਹਦਾ ਵੀ ਬੁਰਾ ਹਾਲ ਹੋਇਆ, ਪੱਥਰਾਂ ਰੋਡ ਜਾਂਦੀ ਆ ਉਹਦਾ ਵੀ ਬੁਰਾ ਹਾਲ ਆ, ਮਿਲਟਰੀ ਰੋਡ ਤੋਂ ਚੌਧਰੀ ਮਾਰ ਰੋਡ ਜਾਂਦੀ ਆ ਉਹਦਾ ਵੀ, ਮੰਤਰੀ ਦਾ ਕਿਸੇ ਪਾਸੇ ਕੋਈ ਧਿਆਨ ਨਹੀਂ, ਸਿਰਫ ਪੈਸਾ, ਹਾਏ ਪੈਸਾ, ਹਾਏ ਪੈਸਾ, ਕਿੱਥੋਂ ਆਵੇ, ਵਜ਼ੀਫਿਆਂ 'ਚੋਂ ਆਵੋ, ਜੰਗਲਾਤ ਮਹਿਕ 'ਚੋਂ, ਮਹਿਕਮੇ 'ਚੋਂ ਆਵੇ, ਸਿਰਫ ਉਹਨੂੰ ਇੱਕੋ ਜਿਹੇ ਪੈਸੇ ਇਕੱਠੇ ਕਰ ਲਈਏ। ਹੁਣ ਸਾਡੀ ਸਰਕਾਰ ਆਉਣੀ ਨਹੀਂ, ਮਸਾਂ 10 ਸਾਲ ਬਾਅਦ ਉਹਨਾਂ ਦਾ ਆਪਣੇ ਭੁੱਖੇ ਸੀਗੇ, ਆਉਣ ਸਾਰ ਪੈਸੇ ਨੂੰ ਪੈ ਗਏ, ਲੋਕਾਂ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਰੋਹਿਤ ਜੀ, ਮੇਰੀ ਦੁਕਾਨ ਦਾ ਨਾਮ ਕਮਲ ਐਂਡ ਸੰਨਜ਼ ਹੈ ਜੀ। ਸਵੇਰੇ ਇੱਥੋਂ ਗੱਡੀ ਗਈ ਹੈ ਜੀ ਫੁੱਲ ਸਪੀਡ 'ਤੇ, ਅਤੇ ਉਹਦਾ ਰੋੜਾ ਆ ਕੇ ਵੱਜਿਆ ਸ਼ੀਸ਼ੇ 'ਤੇ, ਸ਼ੀਸ਼ਾ ਨਾਲ ਦੇ ਨਾਲ ਟੁੱਟ ਗਿਆ ਜੀ। ਅੰਦਰ ਮੁੰਡਾ ਬੈਠਿਆ ਉਹ ਮਸਾਂ ਬਚਿਆ, ਠੀਕ ਹੈ ਜੀ। ਇਹਨਾਂ ਨੇ ਜਿਹੜੇ ਗੇਟ ਬਣਾਏ ਨੇ ਇਹਨਾਂ ਦੇ ਉੱਪਰ ਦੀ ਗਾਂਹ ਲੋਕ ਜਾਣਗੇ, ਜਿਹੜੀ ਨੀਚੇ ਸੜਕ ਆ ਉਹ ਤਾਂ ਪਹਿਲਾਂ ਪਾ ਲਓ ਤੁਸੀਂ ਜੀ, ਸੜਕ ਪਾਓਗੇ ਤਾਂ ਹੀ ਉੱਪਰ ਵਿਕਾਸ ਹੋਊਗਾ, ਕੁਛ ਇੱਥੇ ਕੁਛ ਹੈ ਹੀ ਨਹੀਂ ਕੁਛ ਇਹਨਾਂ ਦਾ ਬਣਦਾ। ਦੇਖ ਲਓ ਸ਼ੀਸ਼ਾ ਟੁੱਟ ਗਿਆ, 30,000 ਦਾ ਮੈਂ ਕਿੱਥੋਂ ਪਾਵਾਂ ਸ਼ੀਸ਼ਾ ਜੀ ਹੁਣ, 30,000 ਮੈਂ ਕਿੱਥੋਂ ਲੈ ਕੇ ਆਵਾਂ ਜੀ, 30,000 ਰੁਪਏ ਦਾ ਨੁਕਸਾਨ ਹੋ ਗਿਆ, 30,000 ਦਾ ਮੇਰਾ ਸ਼ੀਸ਼ਾ ਹੈ ਜੀ, ਠੀਕ ਹੈ। ਹੁਣ ਤਾਂ ਮੈਂ ਕੱਲ੍ਹ ਪਵਾ ਵੀ ਲੈਂਦਾ, ਦੁਬਾਰਾ ਫਿਰ ਟੁੱਟ ਜੂਗਾ ਜੀ। ਇੱਥੇ ਕੱਲ੍ਹ ਗਿੱਟਾ ਟੁੱਟਿਆ ਇੱਕ ਦਾ, ਠੀਕ ਹੈ ਜੀ। ਇੱਧਰ ਮੋੜ 'ਤੇ ਨਾਈ ਆ, ਉਹਦਾ ਵੀ ਸ਼ੀਸ਼ਾ ਟੁੱਟਿਆ ਵਿਚਾਰੇ, ਉਹਨੇ ਕੱਲ੍ਹ 10,000 ਦਾ ਪਾਇਆ, ਅੰਨ ਦੇ ਸ਼ੀਸ਼ਾ ਟੁੱਟ ਗਿਆ ਜੀ। ਹੁਣ ਕਿੱਥੋਂ, ਕਰੋਨਾ ਕਰਕੇ ਪਹਿਲਾਂ ਹੀ ਨਹੀਂ ਕੰਮ ਹੈਗਾ, ਪਹਿਲਾਂ ਹੀ ਵਿਹਲੇ ਬੈਠੇ ਹਾਂ ਅਸੀਂ ਤਾਂ ਜੀ। ਹੁਣ ਅਸੀਂ ਇੰਨੇ ਪੈਸੇ ਕਿੱਥੋਂ ਲੈ ਕੇ ਜੀ, ਚੋਰੀ ਕਰਦੇ ਡਾਕੇ ਮਾਰੀ ਕੀ ਕਰੀਏ, ਦੱਸੋ ਅਸੀਂ ਜੀ। ਨਗਰ ਕੌਂਸਲ ਪ੍ਰਧਾਨ ਦੇ ਤੁਸੀਂ ਧਿਆਨ 'ਚ ਲਿਆਂਦਾ ਇਹ ਮਾਮਲਾ? ਧਿਆਨ 'ਚ ਤਾਂ ਬਥੇਰੀ ਵਾਰ ਲਿਆਂਦੇ ਹੋ, ਦੇਖੋ ਗੁਰਦੁਆਰਾ ਸਾਹਿਬ ਲੱਗਦਾ ਇੱਥੇ ਜੀ, ਲੋਕ ਜਾਂਦੇ ਨੇ ਵਿਚਾਰੇ ਡਿੱਗਦੇ ਨੇ। ਆਹ ਮਾੜਖਾਨੇ ਸੜਕ ਦੇਖ ਲਓ, ਉੱਥੇ ਤਾਂ ਮੁੜਦੇ ਵੀ ਕਈ ਵਾਰ ਗਿਰੇ ਦੇਖੇ ਨੇ ਜੀ, ਵਿਚਾਰੇ ਲਿਆਂਦੇ ਹੀ ਗਿਰ ਜਾਂਦੇ ਨੇ, ਦੱਸੋ ਕੀ ਕਰੀਏ ਜੀ। ਨਗਰ ਕੌਂਸਲ ਤਾਂ ਬਥੇਰੀ ਵਾਰ ਉੱਥੇ ਜਾ ਕੇ ਕਿਹਾ, ਸਾਰੀ ਮਾਰਕੀਟ ਵਿੱਚ ਆ ਆਈ ਆ, ਪਰ ਕੋਈ ਹੱਲ ਹੋ ਹੀ ਨਹੀਂ ਰਿਹਾ ਹੈਗਾ ਸੜਕ ਦਾ ਜੀ। ਮੇਰਾ ਨਾਮ ਕਰਨ ਹੈ ਜੀ, ਆਪਣੀ ਸ਼ੋਪ ਹੈ ਜੀ ਚੌਂਕ 'ਤੇ, ਅਤੇ ਕੱਲ੍ਹ ਅਸੀਂ ਬੈਠੇ ਹੋਏ ਸੀ ਅਤੇ ਗੱਡੀ ਲੰਘੀ ਆ ਸਾਡੇ ਕੋਲੋਂ, ਰੋੜਾ ਲੱਗ ਕੇ ਸਿੱਧਾ ਵੱਜਿਆ ਸ਼ੀਸ਼ੇ 'ਤੇ, ਅਤੇ ਇਹਦੇ ਵੱਜਿਆ ਪੈਰ 'ਤੇ, ਵੱਜਿਆ ਮੇਰਾ ਫਰੈਂਡ ਆ ਨਾਲ, ਅਤੇ ਇਹਦੇ ਪੈਰ 'ਤੇ ਵੱਜਿਆ, ਇਹਦੇ ਉੱਥੋਂ ਵੀ
तो अपनी प्रमोशन वास्ते वह गेट लवाए जा रहे हैं कि असी आ कुछ किया। अज तो 3 महीने पहला परनीत कौर आई थी जी पटियाला गेट एम सी वोटां चलदियां सी उदों इन्होंने गल की धर्मसुत ने गल की मैनू नाल लैके जाओ तुसी जिहड़ी सड़क खराब है मैं नाल दी नाल रिजाइन कर दाँगा। ठीक है तुसी हुण हाल वेख लो आह सड़क का हाल वेख लो लोरां गेट का वेख लो अपनी ग्रिड चौंक वाली सड़क का देख लो जिथे मर्जी जाके देख लो सारी टुटी है कोई काम नहीं हो रहा जी। उन्होंने खुद के बयान सन तुसी स्टेटमेंट चैक करके देख सकते हो 3 महीने पहला एम सी दे इलैक्शन सन उन्होंने कहा जी सानूं नाल लैके जाओ मैं नाल दी नाल रिजाइन करूँगा सारा कुछ उवें चल रहा। साधु सिंह धर्म नाभा शहर दियां टुटियां सड़कां दा बुरा हाल होया पिया ते शहर दे लोक इन्हां सड़कां ते टुट टुट के गंभीर जख्मी हो रहे ने कई मौतां हो चुकियां ने हुण इत्थों तक के कई दुकानदार भी दुखी ने क्योंकि एक तो अपने करोना महामारी कारण जिहड़ी दुकानदारी आ ठप हो गया दूजे पासे जिहड़ियां टुटियां सड़कां लगातार पिछले 4-5 सालां तों बिल्कुल टुटियां पईयां ने जिस करके दुकानदार भरा साडे बहुत परेशान ने ते इत्थों तक के आ लगातार हादसे हो रहे हैं। तो अच्छ साडा वीर एक कमल अपने मोबाइल दुकान ते इहदी दुकान के उपर शीशे ते आ रोड़ा वज्जिया जी किसी गड्डी दा ते सारा शीशा टुट गया इत्थों तक कि वाह भी अंदर जिहड़े बंदे बैठे सी उहनां दा कोई नुकसान नहीं होया हैगा। तो इस तरह 2 दिन पहला एक बैटरियां वाला वीर आ साडा उहदी दुकान के उपर भी जाके रोड़ा वज्जिया गड्डी दा किसी दा उहदे नाल शीशा टुट गया ते नाल ही इत्थे जिहड़ी टुट्टी पुली आ उहदे विच रोजाना तुसीं देखदे होवोंगे सोशल मीडिया ते जिहड़ी भी किवें उहदियां वीडियो पैंदे आ रोज़ गड्डियां डिग्गियां रहिंदियां ने। असीं 23 जनवरी 2020 नूं इत्थे धरना लाया सी ते उदों विश्वास दवाया सी साडे माणयोग नायब तहसीलदार जी ने कि असीं इह जिहड़ी सड़क दा जल्द ही कम शुरू करन लग्गियां पर अज 1.5 साल बीत जाण दे बावजूद भी ना तां इत्थों दा जिहड़ा धर्मसुत मंत्री आ उह जागिया ना इत्थों दा नगर कौंसल प्रधान जागदा ते ना नगर कौंसल जागदी आड़ी लोगों का बुरा हाल होया पाया। ये अपने इत्थे भ्रिष्टाचार फैला रहे हैं नगर कौंसल दे विच बुरी तरह भ्रिष्टाचार फैलिया होया पर जिहड़े लोग ने उन्हां दा कसूर दसो की आ टुट्टियां सड़कां नूं 5 साल तो लोग अपने कह रहे हैं कि साडियां सड़कां ठीक कर दो गाहकदारी इन्हां दे नहीं रही हुण अपने दुकानां दा नुकसान होण लग गया ते कई लोगों दीआं जिहड़ियां लत्तां वहां टुट चुकियां ने इत्थे देख के क्योंकि जदों बारिश हो जाती आ तां इत्थे काफ़ी पानी खड़ जांदा जो जनवरी अपने दसंबर जनवरी के जो एम सी इलैक्शन से तो इन्होंने वोटा लैन दे मारे ने इतों के मंत्री ने जोड़े आ जाली जे बट्टे पवाते इतने रोड़े कहना जी सड़क बना लग्या भी लोग देखे विकास होने लग गया तो लोगों मूर्ख बनाया अच्छ 6-7 महीने होने वाले जी कि लुक नहीं पै सकती ये उपर जी लुक पैनी चाहती सी पर इतों का जोड़ा नगर कौंसल है इतों का मंत्री आ वो लोगों मूर्ख बना रहा तो हूँ जोड़ा लोग बुरी तरह दुखी ने तुसी अज आवाजाही ठप्प कर रखी है दुकानदारा ने तो साड़ी मंग आ कि यह सड़क नूं जल्द तो जल्द बनाया जाए असी 10 दिन का टाइम दिने इतों के मंत्री नूं ते असी जे इन्होंने प्रशासन ने कोई ना सुने तो 10 दिन के विच विच तां असी सारे दुकानदार कट्ठे करके धरना भी लावांगे रोड भी बंद करांगे तो जे मंत्री ने फिर लोगों मूर्ख बनाया फिर मंत्री की कोठी का भी घिराओ करांगे असी किसी परचियां तों नहीं डरदे हैगे इन्हां दे गिद्दड़ धमकियां तों नहीं डरदे असी लोगों के हक्कां लई लड़दे आ ते लोगों के हक्कां लई लड़ांगे। आवाज़ कम टीवी लई नाभा तों पत्रकार तरुण मेहता दी रिपोर्ट।